ਜਰਨਲ ਬਸੋਤਾ ਵੱਲੋਂ ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦਿਵਸ ਦੀ ਆਪ ਨੂੰ ਬਹੁਤ-ਬਹੁਤ ਵਧਾਈ ਹੈਪੀ ਕੈਨੇਡਾ ਡੇ ਕਿਉਂਕਿ ਅੱਜ ਕੈਨੇਡਾ ਦਿਵਸ ਹੈ ਇਸ ਸਬੰਧ ਵਿੱਚ ਅਸੀਂ ਸਪੈਸ਼ਲ ਪ੍ਰੋਗਰਾਮ ਦਾ ਪ੍ਰਸਤਾਨ ਕਰ ਰਹੇ ਹਾਂ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਹੈਡਵੇ ਸਕੂਲ ਦੇ ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਜੀ ਜੀ ਸਿੱਧੂ ਸਾਹਿਬ ਸਵਾਗਤ ਹੈ ਆਪ ਜੀ ਦਾ ਮੇਹਰਬਾਨੀ ਜੀ ਸਾਰੇ ਸਤ ਸ੍ਰੀ ਅਕਾਲ ਸਾਰੇ ਸਤਿਆਂ ਨੂੰ ਹੈਪੀ ਕੈਨੇਡਾ ਡੇ ਹੈਪੀ ਕੈਨੇਡਾ ਡੇ ਟੂ ਐਵਰੀਬਾਡੀ ਇਨ ਕੈਨੇਡਾ ਹਨ ਕੱਲ ਇਥੋਂ ਸ਼ੁਰੂ ਕਰਦੇ ਸਿੱਧੂ ਸਾਹਿਬ ਅੱਜ ਪੂਰੇ ਕੈਨੇਡਾ 'ਚ ਥਾਂ ਥਾਂ ਸਮਾਗਮ ਯੋਜਿਤ ਕੀਤੇ ਜਾ ਰਹੇ ਨੇ ਕੈਨੇਡਾ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਨੇ ਇਹ ਜੋ ਕੈਨੇਡਾ ਦਿਵਸ ਹੈ ਇਸ ਦੀ ਕੀ ਹਿਸਟੋਰੀਕਲ ਇਪੋਰਟੈਂਸ ਹੈ ਦੇਖੋ 1860 ਤੋਂ ਪਹਿਲਾਂ ਬ੍ਰਿਟਿਸ਼ ਕਲੋਨੀ ਸੀਗੀਆਂ ਬਹੁਤ 4-5 ਸੀਗੀਆਂ ਬ੍ਰਿਟਿਸ਼ ਕਲੰਬੀਆ ਇੱਕ ਕਲੋਨੀ ਸੀ ਅਪਰ ਤੇ ਲੋਅਰ ਕੈਨੇਡਾ ਜਿਹਨੂੰ ਹੁਣ ਆਪਾਂ ਕਿਊਬੈਕ ਤੇ ਇੰਟੀਰੀਅਰ ਕਹਿੰਦੇ ਆ ਉਹ ਕਲੋਨੀਆਂ ਸੀ ਨਿਊ ਬ੍ਰਾਂਜ਼ਵਿਕ ਕੱਟ ਸੀ ਨੋਵਾ ਸਕੋਸ਼ਾਡ ਸੀ ਇਹ ਸਾਰੀਆਂ ਕਲੋਨੀਆਂ ਸੀਗੀਆਂ ਤੇ ਕਿਉਂਕਿ ਅਮਰੀਕਾ ਥੱਲੋਂ ਬਹੁਤ ਵੱਧ ਚੜ ਰਿਹਾ ਸੀ ਤੇ ਬ੍ਰਿਟਨ ਨੂੰ ਖਤਰਾ ਸੀ ਵੀ ਸਾਡੀਆਂ ਕਲੋਨੀਆਂ ਨੂੰ ਤੋੜ ਕੇ ਆਪਦੀਆਂ ਸਟੇਟਸ ਨਾ ਬਣਾ ਲੈਣ ਉਹਦਾ ਇੰਤਜ਼ਾਮ ਕਰਨ ਲਈ ਇਹਨਾਂ ਨੇ ਅਪਰ ਤੇ ਲੋਅਰ ਕੈਨੇਡਾ ਅੰਟੇਰੀਓ ਐਂਡ ਕਿਊਬੈਕ ਨੋਵਾ ਸਕੋਸ਼ੀਆ ਤੇ ਨਿਊ ਬ੍ਰਾਂਡਸਵਿਕ ਇਹਨਾਂ ਚਾਰਾਂ ਨੂੰ ਰਲਾ ਕੇ ਕੈਨੇਡਾ ਬਣਾਤਾ ਜੁਲਾਈ 1 1867 ਨੂੰ ਤੇ ਉਸੇ ਦਿਨ ਜਿਹੜੀਆਂ ਫਿਰ ਸੈਲੀਬ੍ਰੇਸ਼ਨਸ ਇਹਨਾਂ ਦੀਆਂ ਹੋਈਆਂ ਉਹਨੂੰ ਇੱਕ ਕਨਫੈਡਰੇਸ਼ਨ ਡੇ ਕਹਿੰਦੇ ਸੀ ਰਾਈਟ ਜਿਹਦਾ ਨਾਂ ਪਹਿਲਾਂ ਕਨਫੈਡਰੇਸ਼ਨ ਡੇ ਸੀ ਵੀ ਅਸੀਂ ਇਕੱਠੇ ਹੋ ਗਏ ਅਸੀਂ ਇੱਕ ਨੇਸ਼ਨ ਬਣ ਗਏ ਆ ਤੇ 8-9 ਸਾਲ ਲੱਗੇ ਸੀ ਫਿਰ ਇਹ ਐਕਚੁਅਲੀ ਕਾਨੂੰਨ ਬਣਿਆ ਉਹ ਕਨਫੈਡਰੇਸ਼ਨ ਡੇ ਨੂੰ ਚੇਂਜ ਕਰਕੇ ਡੋਮਿਨੀਅਨ ਡੇ ਰੱਖਿਆ ਗਿਆ ਓਕੇ ਤੇ 181940 ਚ ਕਿਊਬੈਕ ਨੇ ਇੱਕ ਐਕਟ ਪਾਸ ਕਰਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਹਨੂੰ ਕੈਨੇਡਾ ਡੇ ਕਹੀਏ ਪਰ ਉਦੋਂ ਸੈਨੇਟ ਦੇ ਵਿੱਚ ਜਾ ਕੇ اٹਕ ਗਿਆ ਤੇ ਸੈਨੇਟ ਚੜ ਗਿਆ ਫਿਰ ਉਹ ਬਿੱਲ ਨੂੰ ਭੁੱਲ ਗਏ ਪਰ ਇਹ ਟੂਡੋ ਨੇ ਜਰੂਰ ਯਾਦ ਰੱਖੀ ਜਦੋਂ 1981 ਚ ਉਹਨਾਂ ਨੇ ਕਨਸਟੀਟਿਊਸ਼ਨ ਲਿਆਂਦੀ ਤੇ ਉਹਦੇ ਨਾਲ ਹੀ ਉਹਨਾਂ ਨੇ ਕੈਨੇਡਾ ਡੇ ਵੀ ਵਿੱਚ ਪਾਤਾ ਵੀ ਇਦੂਗਾ ਜਿਹੜਾ ਇਹ ਦੇਣਾ ਹੈ ਇਹਦਾ ਨਾਂ ਕੈਨੇਡਾ ਡੇ ਹੋਇਆ ਕਰੂਗਾ 1 ਜੁਲਾਈ ਸੋ ਕੈਨੇਡਾ ਦੇ originਸ ਕੀ ਨੇ ਕੈਨੇਡਾ ਦੇ originਸ ਹੁਣ 40000 ਸਾਲ ਪਹਿਲਾਂ ਦੀ ਜਿਹੜੀ ਰਿਸਰਚ ਦਿਖ ਰਹੀ ਹੈ ਨੇਟਿਵਸ ਦੇ ਆਰਟੀਫੈਕਟਸ ਲੱਭੇ ਜਾ ਰਹੇ ਹੈ ਇੱਥੇ ਜਿਹੜੇ ਨੇਟਿਵਸ ਆ 40000 ਸਾਲ ਤੋਂ ਪਹਿਲਾਂ ਦੇ ਇੱਥੇ ਹੈਗੇ ਆ ਤੇ ਉਹਨਾਂ ਦੀਆਂ ਕਨਫੈਡਰੇਸੀ ਸੀਗੀਆਂ 5-600 ਨੇਸ਼ਨਸ ਸੀ ਨਾਰਥ ਅਮਰੀਕਾ ਦੇ ਵਿੱਚ 30-35 ਮਿਲੀਅਨ ਬੰਦਾ ਸੀ ਪਰ ਸਾਡੇ ਲਈ ਤਾਂ ਮਤਲਬ ਉਹਦੀ ਡਿਸਕਵਰ ਹੋਇਆ ਜਦੋਂ ਇੱਧਰ ਕੋਲੰਬਸ ਜੀ ਆਏ 1492 ਚ ਰਾਈਟ ਉਹਨਾਂ ਨੇ ਕਰੀਬੀਨ ਲੱਭ ਲਿਆ yes ਤੇ ਪਰ ਉਦੋਂ ਗਰਮ ਮੌਸਮ ਕਰਕੇ ਪੁਰਤਗੀਜ਼ ਨੇ ਬ੍ਰਾਜ਼ਿਲ ਲੈ ਲਈ ਫਿਰ ਸਪੇਨ ਹਾਵੀ ਹੋ ਗਿਆ ਸਾਊਥ ਅਮਰੀਕਾ ਸੈਂਟਰਲ ਅਮਰੀਕਾ ਰਹਿ ਗਿਆ ਜਦੋਂ ਨੂੰ ਇੰਗਲੈਂਡ ਨੂੰ ਜਾ ਗਈ ਉਹਨਾਂ ਨੇ ਫਿਰ ਅਗਲਾ ਗਰਮਰੀਆ ਲੈ ਲਿਆ ਜਿਹੜੀਆਂ ਕਿ 13 ਕਲੋਨੀ ਜਿੰਨਾਂ ਨੂੰ ਕਹਿੰਦੇ ਐ ਇਹ ਫਲੋਰੀਡਾ ਤੋਂ ਲੈ ਕੇ ਨਿਊਯਾਰਕ ਤੱਕ ਉਹ ਈਸਟ ਕੋਸਟ ਮੰਲ ਲਿਆ ਰਾਈਟ ਤੇ ਇਹ ਨੋਵਸਕੋਸ਼ੀਆ ਵਾ ਤੇ ਮੜਾ ਮੋਟਾ ਜਾ ਕਰ ਰਹੇ ਸੀ ਰਹਿੰਦਾ ਖੁੰਦਾ ਕੰਮ ਜਿਹੜਾ ਸੀ ਉਹ ਫ੍ਰੈਂਚ ਵਾਸਤੇ ਰਹਿ ਗਿਆ ਓਕੇ ਉਹ ਉਹਨੂੰ ਕਿੱਥੇ ਸੀ ਉਹ ਉਦੂਤੇ ਹੋ ਠੰਡ ਵਾਲੀ ਜਗ੍ਹਾ 'ਚ ਸੀਗਾ ਤੇ ਉਹਨਾਂ ਨੇ ਫਿਰ ਕਯੂਬਿਕ ਐਕਸਪਲੋਰੇਸ਼ਨ ਕੀਤੀ ਕਬਾਟ ਤੇ ਕਾਰਚੀ ਇਹ ਦੋ ਬਹੁਤ ਵੱਡੇ ਬੰਦੇ ਸੀਗੇ ਇਹਨਾਂ ਨੇ ਕਯੂਬਿਕ ਦੀ ਯੂ ਨੋ ਸੇਂਟ ਲਾਰੈਂਸ ਰਿਵਰ ਵਾਲਾ ਹੈ ਇਹ ਆਦਿ ਵਗੈਰਾ ਕਰਕੇ ਕਯੂਬਿਕ ਸਿਟੀ ਇਹਨਾਂ ਨੇ ਰੱਖੀ ਫਿਰ ਕਯੂਬਿਕ ਸਿਟੀ ਦੀ ਸੈਟਲਮੈਂਟ ਤੋਂ ਬਾਅਦ ਪਹਿਲਾਂ ਤਾਂ ਇੱਥੇ ਮੱਛੀਆਂ ਫੜਨਾ ਆਉਂਦੇ ਹੁੰਦੇ ਸੀ 50 60 70 ਸਾਲ ਮੱਛੀਆਂ ਫੜਨਾ ਆਉਂਦੇ ਸੀ ਯੂਰੋਪੀਅਨਸ ਉਹ ਕਹਿੰਦੇ ਇੱਥੇ ਕੀ ਹੈ ਜਦੋਂ ਸੇਂਟ ਲਾਰੈਂਸ ਚ ਆਉਂਦੇ ਸੀ ਨੇਟਿਵਜ਼ ਉਹਨਾਂ ਨੂੰ ਫਾਰਫੁਰ ਦੇ ਦਿੰਦੇ ਸੀ ਜਾਂ ਕੁਝ ਹੋਰ ਉਹਨਾਂ ਤੋਂ ਚੀਜ਼ਾਂ ਲੈ ਲੈਂਦੇ ਸੀ ਕੋਈ ਟਰੈਕਸ਼ਨ ਨਹੀਂ ਸੀ ਹੂੰ ਹੂੰ ਕਿਉਂਕਿ ਸੈਂਟਰਲ ਅਮਰੀਕਾ ਸਾਊਥ ਅਮਰੀਕਾ 'ਚ ਟਰੈਕਸ਼ਨ ਸੀ 골ਡ ਇਥੇ ਕੋਈ ਟਰੈਕਸ਼ਨ ਹੀ ਹੈ ਨਹੀਂ ਸੀ ਫਿਰ ਇੱਕ ਨਵੇਂ ਤਰੀਕੇ ਚੱਲੇ ਯੂਰਪ 'ਚ ਵੀ ਜਿਹੜੀ ਫਰ ਹੈ ਉਹਨੂੰ ਆਪਾਂ ਕਿਉਰ ਕਿਵੇਂ ਕਰਨਾ ਹੈ ਫਿਰ ਉਹ ਬੀਵਰ ਜਿਹੜੇ ਪੈਲਟ ਸੀ ਤੇ ਬਫਲੋ ਜਿਹੜੀਆਂ ਚੀਜ਼ਾਂ ਸੀ ਉਹ ਬਹੁਤ ਮਸ਼ਹੂਰ ਹੋ ਗਈਆਂ ਬੀਵਰ ਹੈਟਸ ਯੂਰਪ 'ਚ ਫੈਸ਼ਨ ਬਣ ਗਿਆ ਫੇਰ ਉਹ ਬੀਵਰ ਜਿਹੜੇ ਸੀ ਉਹ ਕੈਨੇਡਾ ਦਾ 골ਡ ਬਣ ਗਿਆ ਬੀਵਰ ਜਿਹੜੀ ਫਰ ਸੀਗੀ ਜੀ ਉਹਦੇ ਨਾਲ ਫਿਰ ਜਿਹੜਾ ਟਰੇਡਿੰਗ ਬਾਵਾ ਹੋਣ ਲੱਗ ਗਈ ਫੇਰ ਫਰਾਂਸ ਦੇ ਰਾਜੇ ਨੇ ਕਲੋਨੀ ਦੇ ਲਈ 60 70 ਬੰਦੇ ਭੇਜੇ ਉਹਨਾਂ ਨੇ ਕਿਊਬੈਕ ਦੇ ਵਿੱਚ ਨੇਟਿਵਸ ਦਾ ਪਿੰਡ ਸੀ ਉਹਨਾਂ ਅਸੀਂ ਸਟੈਡਾ ਕੋਨਾ ਉੱਥੇ ਪਹਿਲੀ ਕਲੋਨੀ ਉੱਥੇ ਬਣਾਈ ਫੇਰ 150 ਕਿਲੋਮੀਟਰ ਉਰਾਂ ਨੂੰ ਮੋਂਟਰੀਅਲ ਬਣਾਈ ਤੇ ਉਦੋਂ ਗਾਂ ਫਿਰ ਉਹਨਾਂ ਨੇ ਥਰੂ ਦੀ ਰਿਵਰਸ ਰਿਵਰਸ ਦੇ ਵਿੱਚ ਮੈਨੀਟੋਬਾ ਤੱਕ ਪਹੁੰਚ ਗਏ ਸੀਗੇ ਉਹਨਾਂ ਨੂੰ ਕਹਿੰਦੇ ਸੀ ਕੂਰੀਅਰ ਦਬਵਾ ਤੇ ਉਹ 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 ਨੈਟਿਵਸ ਦੇ ਨਾਲ ਹੀ ਮਿਲ ਜੁਲ ਗਏ ਉਹ ਇਧਰ ਫਿਰ ਜਿਹੜੀ ਸੀ ਬਿਜ਼ਨਸ ਕਰਕੇ ਜੀ ਕਰਕੇ ਚੀਜ਼ਾਂ ਇਹਨਾਂ ਨੂੰ ਦੇ ਜਾਂਦੇ ਸੀ ਆਪ ਦਾ ਕੰਮ ਲਿਜਾ ਕੇ ਇਥੋਂ ਸ਼ਿਪ ਕਰ ਦਿੰਦੇ ਸੀ ਸੋ ਇਹ ਕੈਨੇਡਾ ਦੇ ਜਿਹੜੇ ਔਰੀਜਿਨਸ ਹੈ ਮਤਲਬ ਇਸ ਤਰੀਕੇ ਨਾਲ ਸ਼ੁਰੂ ਹੋਏ ਹੈ ਜੀ ਜਿਹੜੇ ਪਹਿਲਾਂ ਯੂਰੋਪੀਅਨਸ ਕੈਨੇਡਾ ਚ ਆਏ ਉਹ ਕੌਣ ਸੀਗੇ ਤੇ ਕਿਸ ਤਰ੍ਹਾਂ ਫਿਰ ਉਹ ਇੱਥੇ ਸੈੱਟ ਹੋਏ ਜਿਹੜੇ ਐਕਚੁਅਲੀ ਫ੍ਰੈਂਚ ਤੋਂ ਵੀ ਪਹਿਲਾਂ 1000 ਏਡੀ ਮਤਲਬ 500 ਸਾਲ ਪਹਿਲਾਂ ਆਏ ਸੀ ਵਾਈਕਿੰਗਸ ਉਹਨਾਂ ਨੇ ਗ੍ਰੀਨਲੈਂਡ 'ਚ ਵੀ ਕਲੋਨੀ ਸੈਟਲ ਸੈਟਲ ਕੀਤੀਆਂ ਉਹਨਾਂ ਨੇ ਨਿਊਫਰਲੈਂਡ 'ਚ ਵੀ ਸੈਟਲ ਕੀਤੀਆਂ ਪਰ ਉਹਨਾਂ ਦੀਆਂ ਸਾਰੀਆਂ ਕਲੋਨੀਆਂ ਬਾਈ 1400 ਵਾਈਪ ਆਊਟ ਹੋ ਗਈਆਂ ਗ੍ਰੀਨਲੈਂਡ ਵੀ ਖਤਮ ਹੋ ਗਿਆ ਇੱਧਰ ਇਹ ਸਾਰਾ ਵੀ ਖਤਮ ਹੋ ਗਿਆ ਉਹਨਾਂ ਦੀਆਂ ਹੁਣ ਕਲੋਨੀਆਂ ਮਿਲ ਰਹੀਆਂ ਆrਕੀਓਲੋਜਿਸਟ ਨੂੰ ਉਹਨਾਂ ਦਾ ਕੰਮ ਫੇਲ ਹੋ ਗਿਆ ਇੱਥੋਂ ਤੱਕ ਫ੍ਰੈਂਚ ਕਲੋਨੀ ਵੀ ਜਿਹੜੀ ਪਹਿਲੀ ਸੀ 60 ਦੇ 60 ਬੰਦੇ ਵਰਗੇ ਸੀਗੇ ਇਵੇਂ ਜਿੱਕਰੀ ਜਾਰਜਟਾਊਨ ਚ ਬ੍ਰਿਟਿਸ਼ ਨੇ ਟਰਾਈ ਕੀਤੀ ਸੀ 2 ਸਾਲਾਂ ਵਿੱਚ ਉਹ ਵੀ ਵਾਈਪ ਆਊਟ ਹੋ ਗਏ ਸੀਗੇ ਉਹ ਉਹਨਾਂ ਨੂੰ ਉਹਨਾਂ ਨੂੰ 1 ਸਾਲ ਉਹਨਾਂ ਨੇ ਬਚਾਇਆ ਸੀ ਨੇਟਿਵਸ ਨੇ ਟਰਕੀਜ਼ ਦੇ ਦੇ ਕੇ ਤਾਂ ਹੀ ਉਹ ਫਿਰ ਥੈਂਕਸ giving ਚੱਲਿਆ ਵੀ ਉਹਨਾਂ ਨੇ ਸਾਡੀ ਜਾਨ ਬਚਾਈ ਵੀ 1 ਸਾਲ ਹੋਰ ਰਹਿ ਲੋ ਵਿੰਟਰ ਦੇ ਵਿੱਚ ਸੋ ਥੈਂਕਸ giving ਜਿਹੜਾ ਚੱਲਦਾ ਸੋ ਸੋ ਬੜਾ ਔਖਾ ਵਿਚਾਰਿਆਂ ਨੂੰ ਸੈਟਲ ਕਰਨਾ ਪਿਆ ਸੋ ਪਹਿਲੇ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਸੀ ਯੂਰੋਪੀਅਨਸ ਉਹ ਦੇ ਵਰ ਐਕਚੁਅਲੀ ਫ੍ਰੈਂਚ ਪੀਪਲ ਹਮ ਹਮ ਤੇ ਫਿਰ ਕਿਸ ਤਰ੍ਹਾਂ ਸੈਟਲ ਕਿਵੇਂ ਹੋਏ ਕੈਨੇਡਾ ਦੇ ਵਿੱਚ ਯੂਰੋਪੀਅਨ ਕਿਊਬਿਕ ਦੇ ਵਿੱਚ ਇਹਨਾਂ ਨੇ ਕੰਟਰੀ ਦਾ ਨਾਂ ਰੱਖਿਆ ਨਿਊ ਫਰਾਂਸ ਯੂਰੋਪੀਅਨਸ ਦੀ ਇਹ ਬੜੀ ਆਦਤ ਆ ਗਈ ਉਹ ਇੰਗਲੈਂਡ ਦੇ ਵਿੱਚ ਯੋਰਕ ਸਿਟੀ ਹੈ ਇੱਥੇ ਆਏ ਨਿਊਯਾਰਕ ਬਣਾ ਲਿਆ ਡੱਚ ਨੇ ਉਹਦਾ ਨਾਂ ਰੱਖਿਆ ਸੀ ਨਿਊ ਐਮਸਟਰਡੈਮ ਉਹ ਮੂਰੇ ਨਿਊ ਲਾ ਦਿੰਦੇ ਆ ਜਦੋਂ ਫਰੈਂਚ ਆਲਿਆਂ ਨੇ ਆਪ ਦਾ ਲੱਭਿਆ ਉਹ ਨਿਊ ਫਰਾਂਸ ਬਣ ਗਿਆ ਤੇ ਉਹ ਉੱਥੇ ਜਿਹੜੀ ਕਲੋਨੀ ਸੀ ਉਹ ਮੈਨੀਟੋਬਾ ਤੱਕ ਉਹ ਤਿਆਰਤ ਕਰਦੀ ਸੀ ਪਰ ਇਹਨਾਂ ਦਾ ਇੱਕ ਕੰਮ ਰਿਹਾ 100 150 ਸਾਲ ਕੀ ਹਜ਼ਾਰਾਂ ਸਾਲੀ ਫ੍ਰੈਂਚ ਤੇ ਇੰਗਲਿਸ਼ ਲੜਦੇ ਬਹੁਤ ਐ ਲੜਦੇ ਰਹਿੰਦੇ ਸੀ ਲੜਦੇ ਹੀ ਰਹਿੰਦੇ ਸੀ ਫਾਈਨਲੀ 1763 ਦਾ ਜਦੋਂ ਜੰਗ ਜਿੱਤ ਗਏ ਸੱਤ ਸਾਲਾ ਵਾਰ ਉਹ ਬ੍ਰਿਟਿਸ਼ ਦਾ ਕੰਮ ਆ ਗਿਆ ਇੱਥੇ ਤੇ ਉਦੋਂ ਪਹਿਲਾਂ ਵੀ ਬ੍ਰਿਟਿਸ਼ ਕਹਿੰਦੇ ਸੀ ਹੁਣ ਆ ਤਾਂ ਫ੍ਰੈਂਚ ਨੇ ਲੈ ਲਿਆ ਉਹ ਹਟਸਨ ਬੇ ਦੇ ਵਿੱਚ ਦੀ ਉਹਨਾਂ ਨੇ ਆਪ ਦਾ ਬਿਜ਼ਨਸ ਸੈੱਟ ਕਰ ਲਿਆ ਸੀ ਕਿਊਬੈਕ ਵਾਂਗੂ ਹੀ ਉਹ ਬੀਵਰਸ ਟ੍ਰੇਡ ਕਰਦੇ ਸੀ ਆਪਣੇ ਫੋਰਟ ਵਰਮਿਲਿਅਨ ਤੱਕ ਐਸ ਸਕੇਚੂਨ ਦਾ ਨਾਰਥ ਉਹ ਹਟਸਨ ਬੇ ਦੇ ਰਿਵਰ ਸਿਸਟਮ ਦੇ ਵਿੱਚ ਉਹ ਆ ਗਏ ਜੀ ਤੇ ਉਹਨਾਂ ਨੇ ਜਦੋਂ ਉਹ ਕਰ ਲਿਆ ਫਿਰ ਜਦੋਂ ਵਾਰ ਹੋਇਆ ਫਿਰ ਬ੍ਰਿਟਨ ਜਿਹੜਾ ਹੈ ਉਹ ਆਪਣੇ ਤੇ ਇਨਚਾਰਜ ਹੋ ਗਏ ਤੇ ਉਹਨਾਂ ਨੇ ਫਿਰ ਵੈਸਟਵਰਡ ਐਕਸਪੈਂਸ਼ਨ ਕੀਤੀ ਉਹਨਾਂ ਨੇ ਸੋ ਰਿਜ਼ਰਵੇਸ਼ਨਸ ਕੀ ਸੀਗੀਆਂ ਜਦੋਂ ਹੁਣ 1763 ਦੇ ਵਿੱਚ ਆਪਣਾ ਇੱਕ ਤਰ੍ਹਾਂ ਦਾ ਮਹਾਜੁੱਧ ਹੋ ਕੇ ਕਿਉਂਕਿ ਸਾਰਾ ਕੁਝ ਅੰਡਰ ਬ੍ਰਿਟਿਸ਼ ਦੇ ਹੋ ਗਿਆ ਦੇਸ਼ ਬਣ ਗਿਆ ਸਾਰਾ ਕੁਝ ਯੂਰਪ ਵਾਂਗੂ ਹੋਣ ਲੱਗ ਗਿਆ ਇਹ ਜਿਹੜੇ ਨੇਟਿਵ ਸੀਗੇ ਇਹਨਾਂ ਨੇ ਫੀਲ ਕੀਤਾ ਕਿ ਵੀ ਅਸੀਂ ਕੀ ਕਰੀਏ ਸਾਡੀਆਂ ਤਾਂ ਇਹ ਸਾਰਾ ਕੁਝ ਸਾਡੀ ਲੈਂਡ ਜਿਹੜੀ ਹੈ ਟੇਕਓਵਰ ਕਰੀ ਜਾਂਦੇ ਆ ਜਾਂ ਉੱਥੇ ਹਲਵਾ ਹੀ ਜਾਂਦੇ ਆ ਜਾਂ ਸਾਡੀਆਂ ਬੱਫਲੋਜ਼ ਮਾਰੀ ਜਾਂਦੇ ਆ ਉਹਨਾਂ ਨੇ ਫਿਰ ਟ੍ਰੀਟੀ ਕੀਤੀ ਗਵਰਨਮੈਂਟ ਨਾਲ ਉਹ ਜਿਹੜੀਆਂ ਟ੍ਰੀਟੀ ਨੰਬਰ ਦੇ ਟ੍ਰੀਟੀ ਨੰਬਰ ਦਾਟ ਉਹ ਸਾਰੀਆਂ ਸੰਧੀਆਂ ਐ ਗਵਰਨਮੈਂਟ ਦੇ ਨਾਲ ਅਟਵਾ ਨਾਲ ਵੀ ਸਾਨੂੰ ਐਨਐਸਓ ਸਕੁਅਰ ਮੀਲ ਦੇ ਦਿਓ ਸਾਨੂੰ ਐਨਐਸਓ ਸੀ ਇੱਥੇ ਬੈਠ ਕੇ ਆਪਦਾ ਗੁਜ਼ਾਰਾ ਕਰ ਲਾਂਗੇ ਪਰ ਸਾਡੀਆਂ ਹੰਟਿੰਗ ਰਾਈਟਸ ਰਹਿਣਗੀਆਂ ਓਕੇ ਹੁਣ ਵੀ ਜਿਹੜੀਆਂ ਨੇਟਿਵਸ ਦੀਆਂ ਹੰਟਿੰਗ ਰਾਈਟ ਆ ਉਹਨਾਂ ਨੂੰ ਕੋਈ ਲਾਇਸੈਂਸ ਨਹੀਂ ਲੈਣਾ ਪੈਂਦਾ ਇਹ ਉਦੋਂ ਦੀ ਚੱਲੀ ਆਉਂਦੀ ਐ ਜੀ ਤੇ ਉਹ ਫਿਰ ਰੈਜ਼ਰਵੇਸ਼ਨਸ ਬਣ ਗਿਆ ਵੀ ਆਹ ਏਰੀਆ ਤੁਹਾਡੇ ਲਈ ਰਿਜ਼ਰਵ ਐ ਇੱਥੇ ਰਹੋ ਜਿਹੜੀਆਂ ਹੁਣ ਆਪਾਂ ਥਾ-ਥਾ ਦੇ ਦੇਖਦੇ ਆ ਨਾ ਦੋਜ਼ ਟ੍ਰੀਟੀਜ਼ ਵਿਦ ਅਟਵਾ ਦਾ ਨੇਟਿਵ ਪੀਪਲ ਮੇਡ ਵੀ ਸਾਨੂੰ ਸਾਡੇ ਸਾਡੇ ਕਲਚਰ ਨੂੰ ਜਿਉਣ ਵਾਸਤੇ ਸਾਨੂੰ ਇਹ ਚਾਹੀਦਾ ਜੀ ਸੋ ਦੋਸਤੋ ਇਸੇ ਪਹਿਲੇ ਸੈਗਮੈਂਟ ਦਾ ਵਿਚਾਰ ਚਾਚਾ ਕਮਰਸ਼ੀਅਲ ਬ੍ਰੇਕ ਉਸ ਤੋਂ ਬਾਅਦ ਵਾਪਸ ਆਉਨੇ ਅਗਲੇ ਸੈਗਮੈਂਟ ਚ ਕੁਝ ਹੋਰ ਨਵੇਂ ਸਵਾਲਾਂ ਦੇ ਨਾਲ ਅੱਜ ਕੈਨੇਡਾ ਦਿਵਸ ਦੇ ਮੌਕੇ ਤੇ ਅਸੀਂ ਵਿਸ਼ੇਸ਼ ਪ੍ਰੋਗਰਾਮ ਦਾ ਪਸਾਨ ਕਰ ਰਹੇ ਆ ਸਾਡੇ ਸਟੂਡੀਓ ਚ ਬਿਰਾਜ਼ਮਾਨ ਨੇ ਉੱਚ ਇਚਤਾ ਤੇ ਗੱਲਬਾਤ ਕਰਨ ਲਈ ਹੈਡ ਵਿ ਸਕੂਲ ਦੇ ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਹੁਣ ਗੱਲ ਕਰਦੇ ਆ ਆਪਾਂ ਨਿਊ ਫਰਾਂਸ ਦੀ ਨਿਊ ਫਰਾਂਸ ਹੈ ਕੀ ਹੈ ਵਾਟ ਇਜ਼ ਨਿਊ ਫਰਾਂਸ ਨਿਊ ਫਰਾਂਸ ਜਿਹੜਾ ਸਾਰਾ ਕਯੂਬਿਕ ਹੈ ਉਹਨੂੰ ਨਿਊ ਫਰਾਂਸ ਕਹਿੰਦੇ ਸੀ ਫਰਾਂਸ ਵਾਲੇ ਤੇ ਉਹ ਜਦੋਂ ਸਾਰੇ ਏਰੀਆ ਦੇ ਵਿੱਚ ਤਜਾਰਤ ਹੋਣ ਲੱਗ ਗਈ ਬ੍ਰਿਟਿਸ਼ ਨੇ ਕਿਹਾ ਵੀ ਸਾਊਥ ਵਿੱਚ ਤਾਂ ਸਾਨੂੰ ਕਾਟਨ ਵੀ ਆਉਂਦੀ ਹੈ ਤਬਾਕੂ ਵੀ ਆਉਂਦਾ ਪਰ ਇਹਨਾਂ ਫਾਰ ਵਾਲਾ ਮਾਮਲਾ ਐਰਾ ਵਗੈਰਾ ਇਹ ਕਿਊਬਿਕ ਜਿੱਤੀ ਜਾਂਦਾ ਹੈ ਗੇਮ ਫਿਰ ਉਹਨਾਂ ਨੇ ਇੱਕ ਨਵੀਂ ਕੰਪਨੀ ਬਣਾਈ ਜਿਵੇਂ ਇੰਡੀਆ ਚੀਸਟ ਇੰਡੀਆ ਕੰਪਨੀ ਸੀ ਤੇ ਕਿੰਗ ਨੇ ਬਣਾਈ ਫਿਰ ਇਹਨਾਂ ਦੇ ਲਈ ਹਟਸਨ ਬੇ ਕੰਪਨੀ ਉਹ ਕਿਸੇ ਨੂੰ ਰਾਈਟਸ ਦੇਤੀਆਂ ਉਹ ਫਿਰ ਉਤੋਂ ਦੀ ਹਟਸਨ ਬੇ ਦੇ ਵਿੱਚ ਦੀ ਆ ਕੇ ਉਹਨਾਂ ਨੇ ਸਾਰੀ ਤਜਾਰਤ ਸ਼ੁਰੂ ਕੀਤੀ ਨਿਊ ਫਰਾਂਸ ਦੀ ਜਿਹੜੀ ਹੋਰ ਟੈਰੀਟਰੀ ਸੀ ਤੁਸੀਂ ਬਿਲੀਵ ਨਹੀਂ ਕਰਨਾ ਉਹ ਨਿਊਯਾਰਕ ਤੋਂ ਲੈ ਕੇ ਮੈਨੀਟੋਬਾ ਤੱਕ ਜੇ ਉਹ ਸਟ੍ਰਿਪ ਤੁਸੀਂ ਥੱਲੇ ਨੂੰ ਜਾਓ ਉਹਦੇ ਚ ਲੂਇਜ਼ੀਆਨਾ ਐਰਾ ਵਗੈਰਾ ਐਲਨਵਾ ਸਾਰਾ ਕੁਝ ਬਹੁਤ ਵਾਈਡ ਸਟ੍ਰਿਪ ਸੀ ਹੁਣ ਜਦੋਂ 1763 ਚ ਨਿਊ ਫਰਾਂਸ ਇੰਗਲੈਂਡ ਨੂੰ ਹਾਰ ਗਿਆ ਉਹ ਲੂਇਜ਼ੀਆਨਾ ਪਰਚੇਸ 1-2 ਲੱਖ ਪਾਉਂਡ ਦੇ ਨਾਲ ਫਰਾਂਸ ਨੇ ਇੰਗਲੈਂਡ ਨੂੰ ਦਿੱਤੀ ਜੀ ਉਧਰੋਂ ਹੁਣ ਬ੍ਰਿਟਿਸ਼ ਨੇ ਜਦੋਂ ਜਿੱਤ ਲਿਆ ਉਦਲਾ ਉਹਨਾਂ ਨੂੰ ਬਹੁਤ ਭਾਦੀ ਪਈ ਵੀ ਸੀ ਵੀ ਅੰਟੇਰੀਓ ਤੋਂ ਲੈ ਕੇ ਬ੍ਰਿਟਿਸ਼ ਕਲੰਬੀਆ ਤੱਕ ਖਾਲੀ ਲੈਂਡ ਪਿਆ ਰਾਈਟ ਤੇ ਸਟੇਟਸ ਵਾਲੇ ਤਾਂ ਨੂੰ ਬੰਦੇ ਭੇਜ ਰਹੇ ਸੀਗੇ ਵੀ ਇੱਥੇ ਆਪਾਂ ਸਟੇਟਸ ਬਣਾਉਣੀ ਹੈ ਸੋ ਹੁਣ ਇਹ ਹੁਣ ਰੇਸ ਹੋਈ ਸੀ ਉਦੋਂ ਦਾ ਵੀ ਅਸੀਂ ਜਾਕੀ ਚੀਜ਼ਾਂ ਰੋਕਣੀਆਂ ਨਿਊ ਫਰਾਂਸ ਦਾ ਕਾਬੂ ਕਰ ਲਿਆ ਉਹਨਾਂ ਨੇ ਫਿਰ ਉਹਨਾਂ ਨੇ ਬ੍ਰਿਟਿਸ਼ ਕਲੰਬੀਆ ਵਾਲਿਆਂ ਨੇ ਇੱਕ ਬਹੁਤ ਵੱਡੀ ਸ਼ਰਤ ਲਾਤੀ ਕਹਿੰਦੇ ਨਹੀਂ ਅਸੀਂ ਅਮਰੀਕਾ ਨਾਲ ਜੁਆਇਨ ਕਰਦੇ ਆ ਨਹੀਂ ਸਾਨੂੰ ਟ੍ਰੇਨ ਹੋਣੀ ਚਾਹੀਦੀ ਹੈ ਓਕੇ ਫਿਰ ਫਿਰ ਸੀਪੀਆਰ ਦੀ ਉਧਰੋਂ ਲੱਗੀ ਦੌੜ ਟ੍ਰਾਂਟੋ ਤੋਂ ਉਧਰੋਂ ਬ੍ਰਿਟਿਸ਼ ਕਲੰਬੀਆ ਤੋਂ ਲੱਗੀ ਤੇ ਆ ਕੇ ਕਿਤੇ ਅੱਧ ਵਿਚਾਲੇ ਜੇ ਮਿਲੇ ਡਿਟਿਸ਼ ਕਿਵੇਂ ਇਨਵੋਲ ਹੋਇਆ ਜਿਹੜੇ ਬ੍ਰਿਟਨ ਆ ਫਿਰ ਉਹ ਜਦੋਂ ਕੇਮ ਟੇਕਓਵਰ ਕਰ ਲਿਆ ਆਪਣੇ ਨਾਰਥ ਅਮਰੀਕਨ ਨੂੰ ਉਹ ਹੁਣ ਬ੍ਰਿਟਿਸ਼ ਪੂੰਜੀ ਹੋ ਗਈ ਸਾਰੇ ਦੀ ਸਾਰੀ ਉਹਨਾਂ ਨੇ ਫਿਰ ਆਪਣੇ ਬੰਦੇ ਹੋਰ ਭੇਜੇ ਪਹਿਲਾਂ ਪਹਿਲਾਂ ਸੈਟਲਮੈਂਟ ਘੱਟ ਸੀ ਕਿਊਬਿਕ ਦਾ 10-12 ਹਜ਼ਾਰ ਬੰਦਾ ਸੀ ਉਹਨਾਂ ਨੇ 1800 ਸੀ ਜਿਹੜਾ ਜਿੱਤਿਆ ਸੋ ਉਹਨਾਂ ਨੂੰ ਕਿਊਬਿਕ ਐਕਟ ਬਣਾਉਣਾ ਪਿਆ ਬੀ ਐਨ ਏ ਐਕਟ ਬਣਾਉਣਾ ਪਿਆ ਇਹ ਸਾਰੀਆਂ ਵੀ ਉਹ ਖੁਸ਼ ਰਹਿਣ ਸੋ ਜਿਹੜੀਆਂ ਹੁਣ ਡਿਊਲ ਰਿਲੀਜੀਅਸ ਐਜੂਕੇਸ਼ਨ ਚੱਲਦੀ ਹੈ ਜਾਂ ਫ੍ਰੈਂਚ ਚੱਲਦੀ ਹੈ ਇਹ ਉਹਨਾਂ ਚੀਜ਼ਾਂ ਦੇ ਕੰਮ ਸ਼ੁਰੂ ਕੀਤੇ ਹੋਏ ਆ ਵੀ ਇਹ ਮਿੰਦ ਦੇ ਨਾਲ ਪਿਆਰ ਦੇ ਨਾਲ ਰਹਨੇ ਆਪਾਂ ਆਪਾਂ ਦੋ ਲੈਂਗੁਏਜ ਕਰਾਂਗੇ ਦੋ ਐ ਕਰਾਂਗੇ ਸੋ ਹੁਣ ਜਦੋਂ ਬ੍ਰਿਟਿਸ਼ ਆ ਗਿਆ ਬੀ ਐਨ ਐ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਆ ਗਿਆ ਉਹ ਬ੍ਰਿਟਿਸ਼ ਜਿਹੜੇ ਐ 100 ਸਾਲ ਦਾ ਵਾਰਸ ਸੀ ਫਿਰ 7 ਸਾਲ ਦਾ ਵਾਰਸ ਸੀ ਉਹ ਜਿਹੜਾ ਸਾਰਾ ਕੁਝ ਜਿੱਤ ਗਏ ਫਿਰ ਅਮਰੀਕਾ ਦੇ ਨਾਲ ਜਦੋਂ ਇਹਨਾਂ ਨੇ ਟ੍ਰੇਨ ਵੀ ਲਾਤੀ ਇਹ ਨਾਰਥ ਵੈਸਟ ਟੈਰੀਟਰੀ ਬਣ ਗਈ ਸਾਸਕਾਟੂਨ ਕੈਪੀਟਲ ਬਣ ਗਿਆ ਹੁਣ ਭੂਮਿਕਾ ਬੰਧਨੀ ਸੀ ਵੀ ਭਾਈ ਜਿਹੜਾ ਬਾਰਡਰ ਅਮਰੀਕਾ ਦਾ ਉਹ ਕਿੱਥੇ ਹੋਵੇ ਆਪਣੇ ਕੋਲੇ ਓਰੀਗਨ ਤੱਕ ਆਉਂਦੀ ਸੀ ਐਕਸਪਲੋਰ ਕੀਤੀ ਤੇ ਉੱਥੇ ਇੱਕ 49ers ਵੱਜਦੇ ਆ ਵੱਜਦੇ ਸੀਗੇ ਇੱਕ ਗਰੁੱਪ ਦਲ ਉਹ ਕਹਿੰਦੇ ਸਾਨੂੰ 49th ਪੈਰਾਲਲ ਚਾਹੀਦੀ ਹੈ ਤੇ ਇੰਗਲੈਂਡ ਦੇ ਜਿਹੜੀ ਕੁਈਨ ਸੀ ਉਹਨੇ ਸੋਚਿਆ ਵੀ ਚਲ ਅਮਰੀਕਾ ਦੇ ਨਾਲ ਆਪਾਂ ਪਿਆਰ ਪਾ ਲੈਨੇ ਕੋਈ ਨਹੀਂ ਕੈਨੇਡਾ ਦਾ ਕੀ ਹੈ ਉਹਨੇ ਉਹਨਾਂ ਨੂੰ 49th ਪੈਰਾਲਲ ਦੇਤੀ ਫਿਰ ਆਪਾਂ ਨੂੰ ਦੋ ਦੋ ਸਟੇਟਾਂ ਜਿਹੜੀਆਂ ਸੀ ਅਮਰੀਕਾ ਦੇ ਵਿੱਚ ਨਾਰਥ ਦੇ ਵਿੱਚ ਉਹ ਛੱਡਣੀਆਂ ਪਈਆਂ ਫੋਰਟ ਵੈਨਕੂਵਰ ਓਰਗਨ ਦੇ ਵਿੱਚ ਹੈਗਾ ਤੇ ਇਸ ਤਰ੍ਹਾਂ ਹਰਸਨਵੇ ਕੰਪਨੀ ਵੀ ਹੋਣ ਚਾਹੀ ਤੇ ਇਹ ਕੀ ਹੈ ਹਰਸਨਵੇ ਕੰਪਨੀ ਜਿਹੜੀ ਉਹ ਰਾਇਲ ਪ੍ਰੋਕਲੇਮੇਸ਼ਨ ਨਾਲ ਹੋਈ ਸੀ ਵੀ ਅਸੀਂ ਤੁਹਾਨੂੰ ਐਕਸਪਲੋਰ ਕਰਨ ਦਾ ਬਿਜ਼ਨਸ ਕਰਨ ਦਾ ਅਸੀਂ ਤੁਹਾਨੂੰ ਰਾਈਟ ਦਿੰਨੇ ਆ ਇਨ ਨੇਮ ਆਫ ਦਾ ਮੈਜੈਸਟੀ ਜਿਹੜੇ ਏਰੀਏ ਤੁਸੀਂ ਲੱਭੋਗੇ ਉਹ ਸਾਡੇ ਹੋਣਗੇ ਫਿਚਰ ਡਿਵੈਲਪਮੈਂਟ ਲਈ ਪਰ ਤੁਸੀਂ ਬਿਜ਼ਨਸ ਕਰ ਸਕਦੇ ਹੋ ਹੂੰ ਹੂੰ ਤੁਹਾਨੂੰ ਤੁਹਾਨੂੰ ਸਾਡੀ ਪ੍ਰੋਟੈਕਸ਼ਨ ਹੈਗੀ ਹੈ ਤੇ ਉਹਨਾਂ ਨੇ ਜਿਹੜੇ ਪਹਿਲੇ ਸਟੋਰ ਸੀ ਉਹ ਤੋਂ ਹਰਸਨਵੇ ਤੋਂ ਥੱਲੇ ਨੂੰ ਆਏ ਮੈਨੀਟੋਬਾ ਸਕੈਚੂਨ ਅਲਬਰਟਾ ਕਿਉਂਕਿ ਜਿਹੜੇ ਇਹਨੂੰ ਕਹਿੰਦੇ ਹੈਗੇ ਹਰਸਨ ਬੇ ਬੇਸਨ ਕਹਿੰਦੇ ਆ ਆਪਣੇ ਸਕੈਚੂਨ ਰਿਵਰ ਪੀਸ ਰਿਵਰ ਐਰਾ ਵਗੈਰਾ ਇਹ ਸਾਰੇ ਜਾ ਕੇ ਹਰਸਨ ਵਿੱਚ ਡੰਪ ਹੁੰਦੇ ਆ ਦੂਸਰੇ ਜਿਹੜੇ ਮੈਨੀਟੋਬਾ ਤੋਂ ਪਰਾਂਗੇ ਉਹ ਜਾਂਦੇ ਹੈਗੇ ਉਧਰ ਸੇਂਟ ਲੌਰੈਂਸ ਦੇ ਵਿੱਚ ਇਹ ਕਿਹੜੇ ਬਰੇ ਦੀ ਗੱਲ ਕਰ ਰਹੇ ਆ ਆਪਾਂ ਤਕਰੀਬਨ ਇਹ ਆਪਾਂ ਕਰ ਰਹੇ ਆਬਾਊਟ 1700s ਜਿਹੜੀ ਜਿਹੜੀ ਹਰਸਨਬੇ ਹੈਗੀ ਉਹ 1700 ਦੇ ਵਿੱਚ ਉਹ ਸੈੱਟ ਹੋਈ ਸੀ 100 150 ਸਾਲ ਉਹਨਾਂ ਨੇ ਬਿਜ਼ਨਸ ਕੀਤਾ 1867 ਤੋਂ ਪਹਿਲਾਂ ਤੇ ਉਹ ਉਹਨਾਂ ਦੇ ਵਿੱਚ ਜੀਨੋ 1263 ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ 1763 ਦੇ ਵਿੱਚ ਫਰਾਂਸ ਦੇ ਫਾਈਨਲੀ ਗੋਡੇ ਲੱਗੇ ਤੇ ਅਮਰੀਕਾ ਮੁਰੇ ਉਹਨਾਂ ਨੇ ਹੱਥ ਖੜੇ ਕਰਤੇ 7 ਸਾਲਾਂ ਦੇ ਬਾਅਦ ਤੋਂ ਤੇ ਉਹ ਫਿਰ ਬ੍ਰਿਟਿਸ਼ ਨਾਰਥ ਅਮਰੀਕਾ ਜਿਹੜਾ ਐਕਟ ਸੀ ਉਹਦੇ ਨਾਲ ਫਿਰ ਜਿਹੜੀ ਮਾਡਰਨ ਡੇ ਦੀ ਸ਼ੇਪ ਸੀ ਅਮਰੀਕਾ ਤੇ ਕੈਨੇਡਾ ਦੀ ਉਹ ਵਾਹੀ ਗਈ ਫ੍ਰਾਂਸ ਦਾ ਨਾਰਥ ਅਮਰੀਕਾ ਚੋਂ ਪੱਤਾ ਕੱਟਿਆ ਗਿਆ ਸਿਰਫ ਉਹਨਾਂ ਨੂੰ ਇੱਕ ਛੋਟਾ ਜਿਹਾ ਟਾਪੂ ਦਿੱਤਾ ਗਿਆ ਨਿਊਫਰਲੈਂਡ ਤੋਂ ਉਹਨੂੰ ਕਹਿੰਦੇ ਸੇਂਟ ਮਿਕਲਨ ਉਦੋਂ ਦਾ ਫ੍ਰਾਂਸ ਫਿਨਿਸ਼ড ਹੋ ਗਿਆ ਨਾਰਥ ਅਮਰੀਕਾ ਚ 1763 ਕਰਕੇ ਸੋ ਜਿਹੜਾ ਬੀ ਐਨ ਏ ਐਕਟ ਸੀ ਹੈ ਕਿ ਸੀ ਬ੍ਰਿਟਿਸ਼ ਨਾਰਥ ਬ੍ਰਿਟਿਸ਼ ਨਾਰਥ ਅਮਰੀਕਾ ਐਕਟ ਦੇ ਵਿੱਚ ਰਾਈਟਸ ਰਿਜ਼ਰਵ ਹੈ ਫ੍ਰੈਂਚ ਪੀਪਲ ਵਾਸਤੇ ਬ੍ਰਿਟਨ ਵਾਸਤੇ ਤੇ ਨੇਟਿਵ ਵਾਸਤੇ ਉਹੀ ਆਪਣਾ ਕਹਰੋ ਫੋਰ ਫਾਦਰ ਹੈ ਆਪਣੀ ਜਿਹੜੀ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਹੀ ਜੋ ਕੁਝ ਲਿਖਿਆ ਹੈ ਸਾਰੀਆਂ ਚੀਜ਼ਾਂ ਉਹਦੇ ਆਧਾਰ ਤੇ ਹੁਣ ਵੀ ਉਸੇ ਦੇ ਆਧਾਰ ਤੇ ਹੋ ਰਹੀਆਂ। that was our first constitution in canada ਉਹ ਜਿਹੜੀਆਂ ਚਾਰ ਪ੍ਰੋਵਿੰਸਸ ਰਲ ਕੇ ਜਿੰਨਾਂ ਨੇ ਬਣਾਇਆ ਸੀ ਤੇ ਉਸ ਤੋਂ ਬਾਅਦ ਪ੍ਰੋਬਲਮ ਆ ਗਈ ਨੇਟਿਵਸ ਦੇ ਨਾਲ ਰੈਜ਼ਰਵੇਸ਼ਨਸ ਤੋਂ ਪਹਿਲਾਂ ਮੈਨੀਟੋਬਾ ਦੇ ਵਿੱਚ ਵਿਨੀਪੈਗ ਚ ਨੇਟਿਵ ਤੇ ਮੀਟੀ ਜਦੋਂ ਫਰੈਂਚ ਇੱਧਰ ਆਉਂਦੇ ਸੀ ਕਰਨ ਉਹ ਫਿਰ ਉਹ ਉਹ ਨੇਟਿਵਸ ਦੇ ਨਾਲ ਵਿਆਹ ਕਰਾ ਲੈਂਦੇ ਸੀ ਉਹਨਾਂ ਦੇ ਬੱਚੇ ਫਿਰ ਬਹੁਤ ਹੋ ਗਏ ਮੀਟੀ ਉਹਨੋਂ ਹੰਟਿੰਗ ਵਾਲੇ ਹੈ ਨਹੀਂ ਸੀ ਉਹ ਫਾਰਮਿੰਗ ਵਾਲੇ ਸੀ ਉਹਨਾਂ ਨੇ ਵਿਨੀਪੈਗ ਦੇ ਵਿੱਚ ਲੰਬੇ ਲੰਬੇ ਲੋਟ ਬਣਾ ਲਏ ਮੀਲ ਮੀਲ ਲੰਬੇ ਪਰ ਜਦੋਂ ਹੁਣ 1867 ਤੋਂ ਬਾਅਦ ਬ੍ਰਿਟਿਸ਼ ਪੂਰਾ ਆਇਆ ਉਹਨਾਂ ਨੇ ਉਹਨਾਂ ਨੇ ਲੋਟ ਟਾ ਕੇ ਕਹਿੰਦੇ ਅਸੀਂ ਦਾ ਸਕੁਅਰ ਬਣਾਉਣੇ ਆ ਮਾਈਲ ਬਾਈ ਮਾਈਲ ਉਹਨਾਂ ਦਾ ਹੁੰਦਾ ਸੀ 200 ਮੀਟਰ ਚੌੜਾ 1 ਮੀਲ ਲੰਬਾ ਹਰ ਇੱਕ ਨੂੰ ਮਤਲਬ ਫਰੰਟ ਮਿਲੇ ਜਿਹੜੀ ਐਕਸਪੈਂਸ਼ਨ ਹੋਈ ਹੈ ਵੈਸਟਵਰਡ ਐਕਸਪੈਂਸ਼ਨ ਇਹ ਫਿਰ ਕਿਵੇਂ ਹੋਈ ਹੈ ਕਿ ਮੇਜਰ ਇਨਸੀਡੈਂਟਸ ਇਹ ਇੱਥੋਂ ਹੀ ਸ਼ੁਰੂ ਹੁੰਦਾ ਹੈ ਉੱਥੇ ਫਿਰ ਜਦੋਂ ਮੀਟੀ ਕਹਿੰਦੇ ਉਹਦੇ ਗੋਰੇ ਸੀ ਅਧਦੇ ਨੇਟਿਵ ਉਹ ਕਹਿੰਦੇ ਵੀ ਤੁਸੀਂ ਸਾਡੇ ਜਿਹੜੇ ਲੋਟ 100 150 ਸਾਲ ਹੋ ਗਿਆ ਚੱਲਦਿਆਂ ਨੂੰ ਤੁਸੀਂ ਇਹਨਾਂ ਨੂੰ ਮਾਈਲ ਬਾਈ ਮਾਈਲ ਸਕੋਰ ਕਿਉਂ ਕਰੀ ਜਾਂਦੇ ਹੋ ਉੱਥੇ ਇੱਕ ਇੰਡੀਰੀਅਰ ਦਾ ਬੰਦਾ ਸੀ ਟੇਲਰ ਉਹਦੇ ਗੋਲੀ ਉਹਨੂੰ ਉਹਨੂੰ ਗੋਲੀ ਮਾਰੀ ਤੇ ਲੂਰੀਅਲ ਨੇ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡਿਕਲੇਅਰ ਕਰਤਾ ਮੈਨੀਟੋਬਾ ਦਾ ਮੈਨੀਟੋਬਾ 2 ਸਾਲ ਆਜ਼ਾਦ ਰਿਹਾ 1868 ਤੋਂ 1870 ਜੀ ਉਦੋਂ ਫਿਰ ਨਾਰਥ-ਵੈਸਟ ਮਾਉਂਟੇਡ ਪੁਲਿਸ ਬਣਾਈ ਗਈ ਆਰਸੀਐਮਪੀ ਦੀ ਮੰਮੀ ਉਹ ਫਿਰ ਨਟੇਰੀਆ ਤੋਂ ਆਏ ਉਹਨਾਂ ਨੇ ਫਿਰ ਲੁਈ ਰੀਅਲ ਨੂੰ ਡੀਫੀਟ ਕੀਤਾ ਤੇ ਮੈਨੀਟੋਬਾ ਨੂੰ 1870 ਚ ਪੰਜਵੀਂ ਪ੍ਰੋਵਿੰਸ ਬਣਾ ਲਿਆ ਤੇ ਲੁਈ ਰੀਅਲ ਜੀ ਭੱਜ ਕੇ ਉਧਰ ਮਿਨੀਆਪੋਲਿਸ ਚਲੇ ਗਏ ਬਾਦ ਚ 1885 ਚ ਸੈਕੰਡ ਰੈਬੈਲਿਅਨ ਕਰਦੇ 1885 ਚ ਉਹ ਫਿਰ ਫੜੇ ਗਏ ਸੀਗੇ ਬਟੋਸ਼ ਕੋਲੇ ਸਾਸਕਟੂਨ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਰਜਾਇਨਾ ਦਿੱਤੀ ਗਈ ਸੀ 1885 ਚ ਜੀ ਸੋ ਦੋਸਤੋ ਇਸੇ ਸਾਡੀ ਦੂਜੇ ਸਗਨਦਨ ਚਾਚਾ ਇਸ ਵਾਰ ਆਖਰੀ ਸੈਕੰਡ ਪ੍ਰਵੇਸ਼ ਕਰਾਂਗੇ ਅੱਜ ਕੈਨੇਡਾ ਦੇ ਉਸੇ ਮੌਕੇ ਤੇ ਅਸੀਂ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਸਾਰਣ ਕਰ ਰਹੇ ਹਾਂ ਉਸ ਨੂੰ ਲੈ ਕੇ ਗੱਲਬਾਤ ਕਰ ਰਹੇ ਨੇ ਪ੍ਰਿੰਸੀਪਲ ਜਗਵਿੰਦਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਹੁਣ ਸਮੇਂ ਸਮੇਂ ਸਿਰ ਇਨਸੀਡੈਂਟਸ ਹੋਈਆਂ ਚੁਣੌਤੀਆਂ ਜਾਂ ਵਾਰਸ ਹੋਈਆਂ 1812 ਦੀ ਵਾਰ ਹੈ ਇਸ ਬਾਰੇ ਦੱਸੋ 1812 ਦੀ ਉਸ ਵਾਰ ਦੀ ਇਹ ਜੰਗ ਹੈ ਜੀ ਜਦੋਂ ਅਮਰੀਕਾ ਕਹਿੰਦਾ ਸੀ ਅਸੀਂ ਆ ਸਾਰੀ ਜਿਹੜੀ ਐਮਪਟੀ ਟੈਰੀਟਰੀ ਪਈ ਹੈ ਨਾ ਮੈਨੀਟੋਬਾ ਅਲਬਰਟਾ ਸਸਕੇਚੂਨ ਇਹਨਾਂ ਨੂੰ ਅਸੀਂ ਸਟੇਟਸ ਬਣਾ ਲੈਣਾ ਤੇ ਉਹਨਾਂ ਨੇ ਬੰਦੇ ਭੇਜਨੇ ਸ਼ੁਰੂ ਕਰਤੇ ਸੀ ਸੋਈ ਇਹ ਫਿਰ ਇਹਨਾਂ ਦੀ ਜੰਗ ਹੋਈ ਬ੍ਰਿਟਨ ਦੀ ਤੇ ਅਮਰੀਕਾ ਦੀ 1812 ਚ ਤੇ ਅਮਰੀਕਾ ਵਾਲੇ ਕਹਿੰਦੇ ਸੀ ਜਿੱਤ ਗਏ ਸੀ ਕਿੰਨੇ ਸੀ ਜਿੱਤ ਗਏ ਕਿਉਂਕਿ ਉਦੋਂ ਵਾਸ਼ਿੰਗਟਨ ਸਾਰਾ ਮਚਾਤਾ ਸੀ ਵਾਈਟ ਹਾਊਸ ਨੂੰ ਅੱਗ ਲਾਤੀ ਸੀ ਰਾਈਟ ਸੋ ਉਹਨਾਂ ਦੀ ਜਿਹੜੀ 16 ਸਫਾਈ ਹੋ ਗਈ ਉਹ 16 ਸਫਾਈ ਦੇ ਵਿੱਚ ਉਹ 49 ਜਿਹੜੀ ਪੈਰਲਲ ਸੀ ਉਹ ਫਿਰ ਰੱਖੀ ਗਈ ਸੀ ਵੀ ਦੂਗਾ ਆਪਾਂ ਲੜਦੇ ਨਹੀਂ ਬਸ ਥਿਸ ਇਜ਼ ਇਟ ਆਲ ਇਟ ਇਜ਼ ਸੋ 1812 ਦੀ ਜੰਗ ਉਹ ਸੀ ਜੀ ਤੇ ਫਿਰ ਹੁਣ ਮੇਰਾ ਸਵਾਲ ਹੈ ਕਿਉਬੈਕ ਤੇ ਆਪਾਂ ਬਾਰ ਬਾਰ ਜਿਵੇਂ ਕੀਤਾ ਹੁਣ ਕਿਉਬੈਕ ਕੈਨੇਡਾ ਰਿਲੇਸ਼ਨਸ ਬਾਰੇ ਦੱਸੋ ਉਹ ਹੁਣ 1867 ਚ ਆਪਾਂ ਉਹਨਾਂ ਨੂੰ ਕੈਪਚਰ ਕਰ ਲਿਆ ਉਹ ਇੱਕ ਕੈਪਚਰਡ ਹੈਗੇ ਆ ਪਰ ਉਹਨਾਂ ਨੇ ਕੁਝ ਰਾਈਟਸ ਦੇ ਉੱਤੇ ਬੀਐਨਏ ਦੇ ਵਿੱਚ ਸਾਈਨ ਕਰ ਲਿਆ ਕਨਸਟੀਟਿਊਸ਼ਨ ਤੇ ਉਹਨਾਂ ਨੇ ਸਾਈਨ ਨਹੀਂ ਕੀਤੇ 1981 ਦੇ ਦੋ ਵਾਰੀ ਰੈਫਰੈਂਡਮ ਹੋ ਚੁੱਕਿਆ ਉਹਨਾਂ ਉਹ ਆਲਵੇਸ ਚਾਹੁੰਦੇ ਆ ਕਿ ਅਸੀਂ ਸੈਪਰੇਟ ਹੋਣਾ ਹੈ ਅਸੀਂ ਅੱਡ ਕੰਟਰੀ ਆ ਅਸੀਂ ਅੱਡ ਕਲਚਰ ਆ ਇਹ ਹੁਣ 1975 ਦਾ ਕੰਮ ਚੱਲ ਰਿਹਾ ਹੈ 1969 ਤੱਕ 70 ਤੱਕ ਕਿਊਬੈਕ ਵਾਜ਼ੇ ਥਰਡ ਵੌਰਲਡ ਕੰਟਰੀ within canada ਉਹਨਾਂ ਦੀ ਡਵੈਲਪਮੈਂਟ ਹੋ ਨਹੀਂ ਸੀਰੀ ਪਰ ਜਦੋਂ ਦਾ ਸੈਪਰੇਸ਼ਨ ਦਾ ਮਾਮਲਾ ਚੱਲਿਆ ਉਹਨਾਂ ਦਾ ਕੈਨੇਡਾ ਉਹਨਾਂ ਦੇ ਬਾਪਾ ਪੈਸੇ ਸਿੱਟ ਰਿਹਾ ਉਹਨਾਂ ਨੂੰ ਡਵੈਲਪ ਕਰ ਰਿਹਾ ਸੋ ਕਿਊਬਿਕ ਦੇ ਰਿਲੇਸ਼ਨਸ ਹਲੇ ਵੀ ਠੀਕ ਨਹੀਂ ਉਹ ਕਦੇ ਵੀ ਜਾ ਸਕਦੇ ਆ ਜਦੋਂ ਵੀ ਉਹਨਾਂ ਨੂੰ ਠੀਕ ਲੱਗੂਗਾ ਹੂੰ ਹੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਆਪਣੇ ਲੋਕਾਂ ਨੇ ਆਉਣਾ ਸ਼ੁਰੂ ਕੀਤਾ ਤੇ ਇੱਕ ਨਵਾਂ ਕੈਨੇਡਾ ਡਵੈਲਪ ਹੋਇਆ ਕਹਿ ਲਈਏ ਸੋ ਆ ਜਿਹੜਾ ਨਿਊ ਕੈਨੇਡਾ ਹੈ ਇਹ ਕਿਵੇਂ ਤੇ ਕਦੋਂ ਹੋ ਚਾਇਆ ਤੇ ਫਿਰ ਆਪਣੇ ਲੋਕਾਂ ਦਾ ਕਿਵੇਂ ਇੱਥੇ ਪ੍ਰਵਾਸ ਹੋਇਆ 1947 ਤੱਕ ਤਾਂ ਜਿਹਨਾਂ ਨੇ ਲਾ ਬਣਾਏ ਸੀ ਵੀ ਅਸੀਂ ਵਿਆਹ ਕਰਾ ਕੇ ਲਿਆ ਨਹੀਂ ਸਕਦੇ ਇੱਥੇ ਕੋਈ ਕੰਮ ਕਰੋ ਵਾਪਸ ਜਾਓ 47 ਤੋਂ ਬਾਅਦ ਮੈਰਿਜ ਅਰਬ ਵਗੈਰਾ ਲਾਊਡ ਸੀ ਪਰ ਓਨਲੀ ਡਾਕਟਰਸ ਇੰਜੀਨੀਅਰਸ ਅਰਬ ਵਗੈਰਾ ਜਿਹੜੇ ਉਹ ਆਉਂਦੇ ਸੀ ਜਾਂ ਪ੍ਰੋਫੈਸਰਸ ਪਰ 1960 ਦੇ ਵਿੱਚ ਕੈਨੇਡਾ ਦੀ ਇਕਨੋਮੀ ਬਹੁਤ ਮਾੜੀ ਹੋ ਗਈ ਸੀ ਇੱਥੋਂ ਤੱਕ ਕਿ 1965 ਦੇ ਵਿੱਚ ਕੋਈ ਰਿਪੋਰਟ ਹੈ ਵੀ ਆਪਣੀ ਸੀਪੀਪੀ ਜਿਹੜੀ ਆ ਉਦੋਂ ਨਵੀਂ-ਨਵੀਂ ਬਣੀ ਸੀ ਕਹਿੰਦੇ ਸੀਗੇ 1985 ਤੱਕ ਇਹਨੇ ਜ਼ੀਰੋ ਹੋ ਜਾਣਾ ਹੈ ਪ੍ਰੋਬਲਮ ਕੀ ਟੈਕਸ ਬੇਸ ਇਨਾਫ ਨਹੀਂ ਸੀ ਪਰ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਸੀ ਕਿ ਵੀ ਉਦੋਂ ਤੱਕ ਇਮੀਗ੍ਰੇਸ਼ਨ ਵਾਲਿਆਂ ਦਾ ਨਾਰਾ ਸੀ ਵੀ ਕੀਪ ਕੈਨੇਡਾ ਵਾਈਟ ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਕੰਮ ਸੀ ਫੇਰ ਪੀਸੀ ਨੇ 1969 ਦੇ ਵਿੱਚ ਕਿਹਾ ਵੀ ਨਹੀਂ ਆਪਾਂ ਨੂੰ ਕਿਉਂਕਿ ਯੂਰੋਪੀਅਨ ਤਾਂ ਉਹਨਾਂ ਨਹੀਂ ਚਾਹੁੰਦੇ ਇੱਥੇ ਆਪਾਂ ਦੂਜੇ ਲੋਕਾਂ ਲਈ ਖੋਲ੍ਹੀਏ 1969 ਦਸੰਬਰ ਚ ਪਰ ਪੀਸੀ ਹਾਰ ਗਏ ਫਿਰ ਟੁੱਡੋ ਜੀ ਆ ਗਏ ਉਹਨਾਂ ਨੇ ਜਨਵਰੀ ਚ ਕਹਿਤਾ ਵੀ ਸਾਰੇ ਰੰਗਾਂ ਲਈ ਕੈਨੇਡਾ ਖੁੱਲਾ ਹੈ ਜਿਹੜਾ ਇੱਥੇ ਵਿਜ਼ਟਰ ਆ ਜੂ ਰਹਿ ਲੂ ਤੇ ਉਹਦੇ ਵਿੱਚ ਫਿਰ ਸਾਡੇ ਡੈਡੀ ਜੀ ਯਾਤੜ ਚੜ ਕੇ ਆ ਗਏ ਤੇ ਉਹ ਜਿਹੜਾ ਇੱਥੇ 6 ਮਹੀਨੇ ਰਹਿੰਦੇ ਸੀ ਕਹਿੰਦੇ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਹੈ ਠਾ ਦੇ ਕੇ ਆ ਜਾਂਦੇ ਸੀ 4-5 ਸਾਲਾਂ ਚ 3 ਲੱਖ ਆ ਗਏ ਆਪਣੇ ਪੰਜਾਬੀ ਉਦੋਂ ਗਾਂ 1970 75 75 ਚ ਫਿਲੀਪੀਨਿਆਂ ਫਿਲੀਪੀਨਾਂ ਪੀਪਲ ਆ ਗਏ ਉਦੋਂ ਗਾਂ ਵੀਅਤਨਾਮੀ ਪੀਪਲ ਆ ਗਏ ਜਦੋਂ ਉੱਥੋਂ ਕਮਿਊਨਿਸਟ ਆ ਗਏ ਸੋ ਐ ਹੁਣ ਇਹ ਵੇਵਜ਼ ਬਣੀਆਂ ਹੀ ਆਉਂਦੀਆਂ ਤੇ ਉਹਦੇ ਨਾਲ ਇਹ ਨਿਊ ਕੈਨੇਡਾ ਇਹ ਇਮੀਗ੍ਰੈਂਟਸ ਨੇ ਜਿਵੇਂ ਕਿ ਯੂਕਰੇਨੀਅਨਸ ਨੇ ਬ੍ਰਿਟਿਸ਼ ਨੇ ਫ੍ਰੈਂਚ ਨੇ 올ਡ ਕੈਨੇਡਾ ਬਣਾਇਆ ਸੀ ਜਿਹੜਾ ਇਹ ਨਿਊ ਕੈਨੇਡਾ ਹੈ ਇਹ ਪੰਜਾਬੀ ਫਿਲਪੀਨੋਸ ਐਂਡ ਵietnamians ਐਂਡ ਯੂ ਨੋ ਅਫਰੀਕਨ ਕੈਨੇਡੀਅਨਸ ਇਹ ਉਹਨਾਂ ਨੇ ਰਲ ਕੇ ਨਵਾਂ ਕੈਨੇਡਾ ਬਣਾਇਆ ਵਾ ਸੋ ਹੁਣ ਇਹ ਨਵਾਂ ਕੈਨੇਡਾ ਦੀ ਗੱਲ ਅੱਗੇ ਤੋਰਦੇ ਹਾਂ ਕੈਨੇਡਾ ਮਲਟੀਕਲਚਰਲ ਕੰਟਰੀ ਹੈਗਾ ਸੋ ਤੁਸੀਂ ਇਹ ਜਿਹੜਾ ਇਹ ਲਈ ਬਹੁਤ ਸਬਕ ਜੋ ਕੈਨੇਡਾ ਨੂੰ ਕਿਹਾ ਜਾਂਦਾ ਇਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਇਮ ਨੰਬਰ 1 ਦਾ ਜੀ ਮਲਟੀਕਲਚਰਲ ਹੈ ਪਰ ਤੁਸੀਂ ਕਦੇ ਵੀ ਇਹ ਗਲਤ ਨਾ ਸੋਚੋ ਕਿ ਵੀ ਇਹ ਮਲਟੀ ਨੈਸ਼ਨਲ ਹੈ ਕੇ ਸਾਡੀ ਮੈਂ ਇਹ ਮੰਨਦਾ ਕੈਨੇਡਾ ਨੂੰ ਆਪਣੀ ਮਾਂ ਮੰਨਦਾ ਮੈਂ ਕੈਨੇਡੀਅਨ ਸਿੱਖ ਹੈ ਮੈਂ ਹੋਰ ਕਿਸੇ ਨੈਸ਼ਨੈਲਿਟੀ ਦੇ ਨਾਲ ਮੇਰਾ ਕੋਈ ਵਿਚਾਰ ਨਹੀਂ ਮਦਰ ਕੈਨੇਡਾ ਇਹਨੇ ਸਾਨੂੰ ਆਪਣੇ ਪੱਟਾਂ 'ਚ ਬਿਠਾ ਕੇ ਲੋਰੀਆਂ ਦਿੱਤੀਆਂ ਖੜਾਇਆ ਸਾਨੂੰ ਪਰਫੁੱਲਤ ਕੀਤਾ ਹੈ ਤੇ ਅਸੀਂ ਇਹ ਤਾਂ ਦੇਣ ਕਦੇ ਨਹੀਂ ਦੇ ਸਕਦੇ ਜੋ ਵੀ ਇਮੀਗ੍ਰੈਂਟ ਹੈ ਮੁਸਲਮਾਨ ਆ ਹਿੰਦੂ ਆ 크ਰਿਸਚੀਅਨ ਕੋਈ ਵੀ ਹੈ ਉਹਨੂੰ ਇਸ ਮਾਂ ਨੇ ਕਿੰਨਾ ਸਨਮਾਨ ਦਿੱਤਾ ਹੈ ਕਿੰਨਾ ਪਿਆਰ ਦਿੱਤਾ ਹੈ ਵਜ਼ਨ ਫੁੱਲਨ ਲਈ ਤੁਨ ਅੱਗੇ ਮੈਂ ਤਾਂ ਪੰਜਾਬੀ ਚੋ ਕੈਨੇਡਾ ਵੀ ਮੈਂ ਲਿਖਿਆ ਸੀ ਪਹਿਲਾਂ ਵੀ ਮੈਨੂੰ ਤਾਂ ਇੰਨਾ ਪਿਆਰ ਤੇ ਇੰਨਾ ਮਾਣ ਆ ਨਾ ਇਸ ਦੇਸ਼ ਤੇ ਵੀ ਇਹਨੇ ਦੇਖੋ ਸਾਨੂੰ ਕਿੱਥੋਂ ਤੱਕ ਬਚਾਤਾ ਸੋ ਇਹ ਜਿਹੜਾ ਨਵਾਂ ਕੈਨੇਡਾ ਹੈ ਇਟਸ ਇਟਸ ਦ ਬੈਸਟ ਕੰਟਰੀ ਇਨ ਦ ਵਰਲਡ ਸਭ ਤੋਂ ਵਧੀਆ ਇਹਨੇ ਸਾਨੂੰ ਯੂ نو ਐਵੇਂ ਮੈਂ ਇੱਕ ਯੂ نو ਜਿੱਥੇ ਬੈਠਾ ਤੇ ਉਦੋਂ ਨਿੰਦੀ ਜਾਮਾਂ ਜਿਹੜੀ ਟਾਣੀ ਤੇ ਬੈਠਾ ਉਹਨੂੰ ਕੱਟੀ ਜਾਮਾਂ ਇਹ ਬੇਵਕੂਫੀਆਂ ਮੈਨੂੰ ਕਿਸੇ ਨੇ ਮਜਬੂਰ ਕਰਕੇ ਨਹੀਂ ਇੱਥੇ ਲਿਆਂਦਾ ਜੇ ਚੰਗਾ ਨਹੀਂ ਲੱਗਦਾ ਮੈਂ ਵਾਪਸ ਜਾ ਸਕਦਾ ਹਾਂ ਅਸੀਂ ਇੱਥੇ ਸਾਰੇ ਬੈਠੇ ਆਂ ਜਾਂ ਆਉਣੇ ਆਂ ਸਾਰੀ ਦੁਨੀਆ ਚ ਲੋਕੇ ਤੈਨੂੰ ਭੱਜੇ ਆਉਂਦੇ ਆ ਕੈਨੇਡਾ ਦੀ ਕੋਈ ਗੱਲ ਹੈ ਤੇ ਜਦੋਂ ਆਪਾਂ ਇਹਨੂੰ ਨਿੰਦਦੇ ਆ ਮੇਕ ਸ਼ੋਰ ਕਿ ਆਪਾਂ ਦੇਖ ਲਈਏ ਵੀ ਆਪਾਂ ਆਪਣੀ ਸਿਚੁਏਸ਼ਨ ਕੀ ਸੀ ਤੇ ਹੁਣ ਕੀ ਹੈ ਉਹ ਵਿਚਾਰ ਕਰਨਾ ਚਾਹੀਦਾ ਹੈ ਮਦਰ ਕੈਨੇਡਾ ਇਜ਼ ਗ੍ਰੇਟ ਆਈ ਆਈ ਲਵ ਹਰ ਹੂੰ ਹੂੰ ਸੋ ਜਿਹੜਾ ਮਲਟੀ ਕਲਚਰਿਜ਼ਮ ਹੈ ਤੁਸੀਂ ਇਹ ਬਹੁਤ ਵਧੀਆ ਗੱਲ ਕਹੀ ਹੈ ਕਿ ਆ ਮੈਂ ਕੈਨੇਡੀਅਨ ਇਹ ਬਹੁਤ ਪਛਾਈ ਬਹੁਤ ਸਬਕ ਹੋ ਸਕਦਾ ਹੈ ਇਸ ਦਾ ਫਿਊਚਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਮਲਟੀ ਕਲਚਰਲਿਜ਼ਮ ਸਿੱਖ ਦੇ ਲਈ ਬਹੁਤ ਜ਼ਰੂਰੀ ਹੈ ਹੋਰਾਂ ਧਰਮਾਂ ਦਾ ਨਹੀਂ ਮੈਨੂੰ ਪਤਾ ਬਾਬੇ ਨਾਨਕ ਦੀ ਫਿਲਾਸਫੀ ਮਲਟੀ ਕਲਚਰਲਿਜ਼ਮ ਉਹਨੇ ਕਦੇ ਨਹੀਂ ਕਿਹਾ ਸਿੱਖ ਨੰਬਰ 1 ਆ ਬਾਬਾ ਜੀ ਨੇ ਕਦੇ ਨਹੀਂ ਕਿਹਾ ਸਿੱਖ ਨੰਬਰ 1 ਹੈ ਉਹ ਕਹਿੰਦੇ ਸੀ ਜਿਹੜਾ ਚੰਗੇ ਕੰਮ ਕਰਦਾ ਉਹ ਹੀ ਨੰਬਰ 1 ਹੈ ਸਾਰੇ ਰਲ ਮਿਲ ਕੇ ਰਹੋ ਇਹ ਮਲਟੀ ਕਲਚਰਲ ਫਿਲਾਸਫੀ ਫਸਟ ਟਾਈਮ ਇਨ ਦਾ ਯੂਨੀਵਰਸ ਪਹਿਲੀ ਵਾਰੀ ਕਿਸੇ ਪੈਗੰਬਰ ਨੇ ਪੀਰ ਨੇ ਬਾਹਰ ਲਿਆਂਦਾ ਹੈ ਸਾਰੇ ਵਾਹਿਗੁਰੂ ਕੋਈ ਬੋਲੇ ਰਾਮ ਰਾਮ ਕੋਈ ਲਾਹੇ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਬ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਕੈਨੇਡਾ ਦਿਵਸ ਦੇ ਮੌਕੇ ਤੇ ਬਹੁਤ ਅੰਦਲੀਆਂ ਗੱਲਾਂ ਸਾਂਝੀਆਂ ਕੀਤੀਆਂ ਮਿਹਰਬਾਨੀ ਸਰ ਇਹ ਦਿਲ ਦੀਆਂ ਗੱਲਾਂ ਸੀ ਜੀ ਜੀ ਸੋ ਦੋਸਤੋ ਟੀਵੀ ਦਾ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਕਰ ਰਹੇ ਹਾਂ ਤੇ ਇੱਕ ਵਾਰੀ ਫੇਰ ਕੀਤੇ ਵਿੱਚ ਹੈਪੀ ਕੈਨੇਡਾ ਡੇ